ਖੁਸ਼ ਰਹਿਣ ਦੀ ਐਕਟਿੰਗ ਕਰਨ ਦਾ ਚਮਤਕਾਰ। ਐਚ ਜੇ ਐਲਗਟ 10 ਸਾਲ ਪਹਿਲਾਂ ਲਾਲ ਬੁਖਾਰ ਨਾਲ ਬਿਮਾਰ ਸਨ। ਜਦੋਂ ਬੁਖਾਰ ਤੋਂ ਛੁਟਕਾਰਾ ਮਿਲਿਆ ਤਾਂ ਗੁਰਦੇ ਦੀ ਬਿਮਾਰੀ ਦੇ ਸ਼ਿਕਾਰ ਹੋ ਗਏ। ਹਰ ਤਰ੍ਹਾਂ ਦੇ ਇਲਾਜ ਤੋਂ ਨਿਰਾਸ਼ ਹੋ ਗਏ। ਬਲੱਡ ਪ੍ਰੈਸ਼ਰ ਵੱਧ ਕੇ 214 ਹੋ ਗਿਆ। ਡਾਕਟਰ ਨੇ ਕਿਹਾ ਇਹ ਘਾਤਕ ਹੈ, ਜੋ ਕੁਝ ਕਰਨਾ ਹੈ ਜਲਦੀ ਕਰ ਲਵੋ। ਉਸਨੇ ਦੱਸਿਆ, ਮੈਂ ਘਰ ਗਿਆ, ਪਤਾ ਕੀਤਾ ਕਿ ਬੀਮੇ ਦੀ ਕੋਈ ਕਿਸ਼ਤ ਬਾਕੀ ਤਾਂ ਨਹੀਂ ਹੈ। ਆਪਣੇ ਭਗਵਾਨ ਤੋਂ ਭੁੱਲਾਂ ਦੀ ਮੁਆਫ਼ੀ ਮੰਗੀ ਅਤੇ ਵਿਸ਼ਾਦਪੂਰਨ ਚਿੰਤਾ ਵਿੱਚ ਡੁੱਬ ਗਿਆ। ਮੈਂ ਸਭ ਨੂੰ ਦੁਖੀ ਕਰ ਲਿਆ, ਮੇਰੀ ਪਤਨੀ ਅਤੇ ਪਰਿਵਾਰ ਦੇ ਬਾਕੀ ਮੈਂਬਰ ਦੁਖੀ ਹੋ ਗਏ। ਇੱਕ ਹਫ਼ਤੇ ਤੱਕ ਆਤਮ ਗਿਲਾਨੀ ਨਾਲ ਤੜਪਣ ਤੋਂ ਬਾਅਦ ਮੈਂ ਮਨ ਹੀ ਮਨ ਕਿਹਾ, ਤੂੰ ਮੂਰਖਤਾ ਦਾ ਕੰਮ ਕਰ ਰਿਹਾ ਹੈ, ਹੋ ਸਕਦਾ ਹੈ ਮੌਤ ਦੇ ਆਉਣ ਵਿੱਚ ਇੱਕ ਸਾਲ ਲੱਗ ਜਾਵੇ, ਇਸ ਲਈ ਜਿੰਨੇ ਦਿਨ ਜੀਣਾ ਹੈ ਕਿਉਂ ਨਾ ਖੁਸ਼ੀ ਨਾਲ ਜਿਵਾਂ ਜਾਵੇ। ਚਿੰਤਾ ਛੱਡ ਕੇ ਮੈਂ ਮੁਸਕਰਾਉਣ ਲੱਗਿਆ ਅਤੇ ਇਸ ਪ੍ਰਕਾਰ ਵਿਹਾਰ ਕਰਨ ਲੱਗਿਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਸ਼ੁਰੂ ਵਿੱਚ ਮੈਨੂੰ ਕੋਈ ਯਤਨ ਕਰਨੇ ਪਏ, ਪਰੰਤੂ ਮੈਂ ਖੁਦ ਨੂੰ ਪ੍ਰਸੰਨ ਰਹਿਣ ਲਈ ਮਜਬੂਰ ਕੀਤਾ ਅਤੇ ਇਸ ਪ੍ਰਕਾਰ ਆਪਣੇ ਪ੍ਰਯੋਜਨਾਂ ਨੂੰ ਸੁਖੀ ਬਣਾ ਕੇ ਖੁਦ ਵੀ ਰਾਹਤ ਦਾ ਅਨੁਭਵ ਕਰਨ ਲੱਗਾ। ਮੇਰੀ ਐਕਟਿੰਗ ਅਸਲੀਅਤ ਵਿੱਚ ਬਦਲ ਗਈ, ਹੌਲੀ ਹੌਲੀ ਸੁਧਾਰ ਵੀ ਹੁੰਦਾ ਗਿਆ। ਮੈਂ ਸਵਸਥ ਅਤੇ ਪ੍ਰਸੰਨ ਰਹਿਣ ਲੱਗਾ। ਮੇਰਾ ਰਕਤਚਾਪ ਆਮ ਵਰਗਾ ਹੋ ਗਿਆ ਅਤੇ ਮੈਂ ਹੁਣ ਠੀਕ ਠਾਕ ਜੀ ਰਿਹਾ ਹਾਂ। ਮੈਂ ਆਪਣੇ ਮਾਨਸਿਕ ਰਵੱਈਏ ਨੂੰ ਬਦਲ ਕੇ ਸਰੀਰ ਨੂੰ ਸਵਸਥ ਬਣਾਉਣ ਦਾ ਯਤਨ ਕੀਤਾ। ਇਸ ਲਈ ਮੈਂ ਤੁਹਾਨੂੰ ਪ੍ਰਸ਼ਨ ਕਰਦਾ ਹਾਂ, ਜੇ ਸਿਰਫ ਪ੍ਰਸੰਨਤਾ ਦੀ ਐਕਟਿੰਗ ਅਤੇ ਸਵਸਥ ਅਤੇ ਸਾਹਸਪੂਰਨ ਕਿਰਿਆਤਮਕ ਵਿਚਾਰ ਵਿਅਕਤੀ ਦੇ ਜੀਵਨ ਦੀ ਰੱਖਿਆ ਕਰ ਸਕਦੇ ਹਨ, ਤਾਂ ਫਿਰ ਫਜ਼ੂਲ ਹੀ ਕਿਉਂ ਛੋਟੇ ਮੋਟੇ ਦੁੱਖਾਂ ਨੂੰ ਸਹਿਣ ਕੀਤਾ ਜਾਵੇ। ਅਸੀਂ ਕਿਉਂ ਆਪਣੇ ਲੋਕਾਂ ਨੂੰ ਅਪ੍ਰਸੰਨ ਅਤੇ ਦੁਖੀ ਬਣਾਈਏ, ਜਦਕਿ ਪ੍ਰਸੰਨਤਾ ਦੀ ਐਕਟਿੰਗ ਕਰਕੇ ਹੀ ਅਸੀਂ ਖੁਸ਼ੀ ਹਾਸਲ ਕਰ ਸਕਦੇ ਹਾਂ।